29 ਫਰਵਰੀ ਦੀ ਰਾਤ ਨੂੰ ਜਸ਼ਦੀਪ ਸਿੰਘ ਵਾਸੀ ਹਰਿੰਦਰ ਨਗਰ, ਜਿਹੜਾ ਕਿ ਮਨੀ ਐਕਸਚੇਂਜਰ ਦਾ ਅਤੇ ਏਅਰ ਟਿਕਟਾਂ ਦਾ ਕੰਮ ਕਰਦਾ ਹੈ, ਸ਼ਾਮੀ 7:30 ਵਜੇ ਦੇ ਲਾਗੇ ਜਦੋਂ ਇਹ ਲੀਲਾ ਭਵਨ ਤੋਂ ਆਪਣੀ ਦੁਕਾਨ ਜਿਹੜੀ ਇਹਦੀ ਹੈਗੀ ਹੈ ਉੱਥੋਂ 22 ਲੱਖ ਰੁਪਈਏ ਦੇ ਲਾਗੇ ਕੈਸ਼ ਲੈ ਕੇ ਆਪਣੀ ਐਕਟਿਵਾ 'ਤੇ ਨਿਕਲ ਲਿਆ। ਅਤੇ ਜਦੋਂ ਇਹ ਆਪਣੇ ਘਰ ਕੋਲ ਪਹੁੰਚਿਆ ਅਤੇ ਅਣਪਛਾਤੇ ਨੌਜਵਾਨਾਂ ਨੇ ਇਹਦੇ 'ਤੇ ਹਮਲਾ ਕਰਕੇ ਬੜੀ ਬੇਰਹਿਮੀ ਨਾਲ, ਇੱਕ ਤਾਂ ਇਹਦੇ ਸਿਰ 'ਚ ਗੰਡਾਸੇ ਨਾਲ ਬੜੀ ਡੂੰਘੀ ਸੱਟ ਮਾਰੀ ਅਤੇ 22 ਲੱਖ ਰੁਪਈਆ ਖੋਹ ਕੇ ਲੈ ਗਏ ਸੀ। ਇਸ ਵਾਰਦਾਤ ਨਾਲ ਇੱਕ ਬੜਾ ਸੈਂਸੇਸ਼ਨਲ ਕ੍ਰਾਈਮ ਇਹ ਹੋਇਆ ਸੀ ਅਤੇ ਇਮੀਡੀਏਟਲੀ SP ਸਿਟੀ ਸਰਫਰਾਜ਼, SP ਡੀ ਯੋਗੇਸ਼, DSP ਸਿਟੀ 2 ਜੰਗਜੀਤ ਸਿੰਘ, DSP ਡੀ ਅਵਤਾਰ ਸਿੰਘ, SHO ਤ੍ਰਿਪੜੀ ਗੁਰਪ੍ਰੀਤ ਪਿੰਡਰ, 3-4 CIA ਪਟਿਆਲਾ ਸ਼ਮਿੰਦਰ ਸਿੰਘ, ਅਸੀਂ ਅੱਡ ਟੀਮਾਂ ਬਣਾ ਕੇ ਇਸ ਕ੍ਰਾਈਮ ਦੇ ਮਗਰ ਪੈ ਗਏ ਸੀ। ਇਸ ਕ੍ਰਾਈਮ ਨੂੰ ਅੰਜਾਮ ਦੇਣ ਵਾਲੇ 6 ਦੋਸ਼ੀ ਅਸੀਂ ਅਰੈਸਟ ਕਰ ਲਏ ਹੈ ਅਤੇ 20 ਲੱਖ ਰੁਪਈਆ ਜਿਹੜਾ ਅੱਡ ਕਰੰਸੀਆਂ 'ਚ ਹੈਗਾ, ਜਿਹਦੇ 'ਚ ਡਾਲਰ ਵੀ ਹੈਗੇ, ਇੰਡੀਅਨ ਕਰੰਸੀ ਵੀ ਹੈਗੀ, ਬਾਕੀ ਹੋਰ ਕਰੰਸੀ ਦੂਜੇ ਮੁਲਕਾਂ ਦੀ ਹੈਗੀ, ਉਹ ਵੀ ਸਾਰੀ ਅਸੀਂ ਰਿਕਵਰ ਕਰ ਲਈ ਹੈ। ਅਤੇ ਬੜੀ ਇਹ ਸ਼ਲਾਘਾਯੋਗ ਕਾਰਵਾਈ ਜਿਹੜੀ ਆ ਪਟਿਆਲਾ ਪੁਲਿਸ ਵੱਲੋਂ ਹੋਈ ਆ, ਕਿਉਂਕਿ ਇੱਕ ਸਹਿਮ ਦਾ ਮਾਹੌਲ ਸੀਗਾ, ਪਰ ਅਸੀਂ ਇਸ ਵਾਰਦਾਤ ਨੂੰ, ਇਹ ਬਿਲਕੁਲ ਬਲਾਈਂਡ ਇੰਸੀਡੈਂਟ ਸੀਗਾ, ਬੜੇ ਟੈਕਨੀਕਲੀ ਅਸੀਂ ਹਰ ਪਹਿਲੂ 'ਤੇ ਕੰਮ ਕਰਦੇ ਹੋਏ ਇਸ ਇੰਸੀਡੈਂਟ ਨੂੰ ਟਰੇਸ ਕੀਤਾ। ਇਹਦੇ 'ਚ ਜਿਹੜੇ 6 ਦੋਸ਼ੀ ਨੇ, ਇੱਕ ਭਾਦਸੋਂ ਏਰੀਏ ਦਾ ਨੰਨੂ, ਇੱਕ ਸਿੱਪੀ ਹੈਗਾ ਸ਼ਮਸ਼ਾਦ ਅਤੇ ਅਮਿਤ ਅਤੇ ਤਰੁਣ ਚੌਹਾਨ, ਅਤੇ ਇੱਕ ਜਿਹੜਾ ਦੋਸ਼ੀ ਹੋਰ ਆ, ਇਹ 6 ਦੋਸ਼ੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਵਾਰਦਾਤ ਦੀ ਇਹ ਪਿਛਲੇ 2 ਮਹੀਨਿਆਂ ਤੋਂ ਪਲਾਨਿੰਗ ਕਰ ਰਹੇ ਸੀ, ਐਂਡ 2 ਮਹੀਨਿਆਂ ਦੀ ਪਲਾਨਿੰਗ 'ਚ ਉਹਦਾ ਇਕੱਲਾ ਇਕੱਲਾ ਮੂਵਮੈਂਟ ਨੋਟ ਕਰਦੇ ਸੀ ਕਿ ਕਿੰਨੇ ਵਜੇ ਦੁਕਾਨ 'ਤੇ ਆਉਂਦਾ, ਕਿੰਨੇ ਵਜੇ ਦੁਕਾਨ ਤੋਂ ਜਾਂਦਾ। ਅਤੇ ਫਾਈਨਲੀ ਜਦੋਂ ਇਹਨਾਂ ਨੇ ਉਹਨੂੰ ਘੇਰਾ ਪਾਇਆ ਅਤੇ ਉਸ ਪੁਆਇੰਟ 'ਤੇ ਪਾਇਆ ਜਿੱਥੇ ਕਿ ਉਹਨੇ ਆਪਣੀ ਐਕਟਿਵਾ ਦੀ ਸਪੀਡ ਥੋੜ੍ਹੀ ਜਿਹੀ ਸਲੋ ਕਰ ਲਈ ਸੀ ਸਪੀਡ ਬ੍ਰੇਕਰ ਹੋਣ ਦੇ ਕਾਰਨ, ਅਤੇ ਬੜੀ ਇਹ ਇਹਨਾਂ ਨੇ ਡੂੰਘੀ ਪਲਾਨਿੰਗ ਕਰਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਅਤੇ ਅਸੀਂ ਇਸ ਟੋਟਲ ਵਾਰਦਾਤ ਨੂੰ ਟਰੇਸ ਕਰ ਲਿਆ ਅਤੇ 20 ਲੱਖ ਰੁਪਈਆ ਕੈਸ਼ ਦੀ ਰਿਕਵਰੀ ਹੋ ਗਈ। ਇੱਕ ਵਰਨਾ ਗੱਡੀ ਜਿਹੜੀ ਕਿ ਇਹਨਾਂ ਨੇ ਉਸੇ ਲੁੱਟ ਦੀ ਰਕਮ ਨਾਲ ਖਰੀਦੀ ਸੀ, ਉਹ ਗੱਡੀ ਵੀ ਜਿਹੜੀ ਆ ਅਸੀਂ ਰਿਕਵਰ ਕਰ ਲਈ। ਦੇਖੋ, ਇਹਨਾਂ 'ਚੋਂ ਕੁਛ ਬੰਦੇ ਤਾਂ ਪੁਰਾਣੇ ਕ੍ਰਿਮੀਨਲ ਨੇ ਜੀ, ਉਹਨਾਂ 'ਤੇ ਅੱਡ ਅੱਡ ਪਰਚੇ ਦਰਜ ਆ, ਅਤੇ ਕੁਛ ਬੰਦੇ ਉਹਨਾਂ ਨੇ ਇਸ ਕ੍ਰਾਈਮ ਨੂੰ ਅੰਜਾਮ ਦੇਣ ਲਈ ਆਪਣੇ ਨਾਲ ਰਲਾਏ ਹੋਏ ਸੀ। ਨਹੀਂ, ਇਹ ਸਾਰੇ ਮਤਲਬ ਹੈਗੇ ਨੌਜਵਾਨ ਹੀ ਆ ਜੀ, ਪਰ ਬਾਲਗ ਨੇ। ਦੇਖੋ, ਮਾਸਟਰ ਮਾਇੰਡ ਜਿਹੜਾ ਸੀ ਉਹ ਵੀ ਕਿਤੇ ਨਾ ਕਿਤੇ ਇਹਨੂੰ ਬਹੁਤ ਪਹਿਲੇ ਸਮੇਂ ਤੋਂ ਨੋਟਿਸ ਕਰ ਰਿਹਾ ਸੀ ਅਤੇ ਉਹਨੂੰ ਪਤਾ ਸੀ ਕਿ ਇਹ ਕੀ ਕੰਮ ਕਰਦਾ ਹੈ, ਅਤੇ ਉਹਨੂੰ ਇਹ ਵੀ ਪਤਾ ਸੀ ਕਿ ਕਿਤੇ ਨਾ ਕਿਤੇ ਹੈਵੀ ਕੈਸ਼ ਲੈ ਕੇ ਨਿਕਲਦਾ ਆ, ਅਤੇ ਇਸ ਕਰਕੇ ਇੰਨੀ ਵੱਡੀ ਵਾਰਦਾਤ ਨੂੰ ਪ੍ਰੋਪਰ ਉਹਨਾਂ ਨੇ ਰੇਕੀ ਕੀਤੀ ਅਤੇ ਉਹ ਅੰਜਾਮ ਦੇ ਸਕੇ ਸੀ। ਪਰ ਪਟਿਆਲਾ ਪੁਲਿਸ ਨੇ ਹਰ ਵਾਰੀ ਕੋਈ ਵੀ ਸੈਂਸੇਸ਼ਨਲ ਕ੍ਰਾਈਮ ਹੋਵੇ ਉਹਨੂੰ ਹਮੇਸ਼ਾ ਟਰੇਸ ਕੀਤਾ ਆ ਅਤੇ ਰਿਕਵਰੀ ਕਰਾਈ ਆ, ਅਤੇ ਉਸੇ ਲੜੀ 'ਚ ਅਸੀਂ ਇਸ ਕੰਮ ਨੂੰ ਪੂਰੇ ਮੁਕੰਮਲ ਤਰੀਕੇ ਨਾਲ ਟਰੇਸ ਕਰ ਲਿਆ। ਇਹਨਾਂ 'ਚੋਂ ਜਿਹੜੇ ਅਮਿਤ ਅਤੇ ਤਰੁਣ 2 ਨੇ ਜੀ, ਉਹ ਮੇਨ ਸਾਜਿਸ਼ ਕਰਤਾ ਸੀਗੇ। ਦੇਖੋ ਜੀ, ਉਹ ਉਹਨਾਂ ਨੇ ਦੇਖਿਆ ਕਿ ਵੀ ਐਕਟਿਵਾ 'ਤੇ ਜਾਂਦਾ ਆ, ਇਕੱਲਾ ਜਾਂਦਾ ਆ, ਸ਼ਾਮ ਦੇ ਸਮੇਂ ਜਾਂਦਾ ਆ, ਅਤੇ ਉਹਨੂੰ ਈਜ਼ੀ ਟਾਰਗੇਟ ਜਿਹੜਾ ਆਈਡੈਂਟੀਫਾਈ ਕੀਤਾ, ਅਤੇ ਬਾਕੀ ਹੋਰ ਵੀ ਇਹਨਾਂ ਤੋਂ ਡੂੰਘਾਈ ਨਾਲ ਅਸੀਂ ਪੁੱਛਗਿੱਛ ਜਿਹੜੀ ਉਹ ਕਰ ਰਹੇ ਪੈਸੇ, ਉਹ ਅਸੀਂ ਸਾਰਾ ਵੈਰੀਫਾਈ ਕਰ ਰਹੇ ਹਾਂ। ਇਹ ਕਿਤੇ ਨਾ ਕਿਤੇ
ਮਤਲਬ ਉਹਨੂੰ ਜਾਣਦਾ ਸੀ, ਉਹ ਕੀ ਕੰਮ ਕਰਦਾ ਸੀ ਉਹਨੂੰ ਜਾਣਦਾ ਸੀ, ਪਰ ਇਹ ਗੱਲ ਅਜੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਕਿ ਕੀ ਪਹਿਲਾਂ ਉਹਦੇ ਕੋਲ ਨੌਕਰੀ ਕਰਦਾ ਰਿਹਾ ਕਿ ਨਹੀਂ ਕਰਦਾ ਰਿਹਾ। ਜਿਹੜਾ ਦੋਸ਼ੀ ਚਮਕੌਰ ਸਿੰਘ ਹੈ ਇਹ ਜ਼ਮਾਨਤ 'ਤੇ ਇਸ ਵੇਲੇ? ਠੀਕ ਹੈ ਜੀ।